ਪੰਜਾਬ ਸਰਕਾਰ ਜੇਲ੍ਹਾਂ ਦੀ ਸੁਰੱਖਿਆ ਵਧਾਉਣ ਲਈ ਪੁਲਿਸ ਆਧੁਨਿਕੀਕਰਨ ਫੰਡ ਦੀ ਤਰ੍ਹਾਂ ਜਲਦੀ ਹੀ ਕੇਂਦਰ ਸਰਕਾਰ ਤੋਂ ਜੇਲ੍ਹ ਆਧੁਨਿਕੀਕਰਨ ਫੰਡ ਦੀ ਮੰਗ ਕਰਨ ਜਾ ਰਹੀ ਹੈ ਤਾਂ ਕਿ ਜੇਲ੍ਹਾਂ ਦੀ ਸੁਰੱਖਿਆ ਵਧਾਉਣ ਲਈ ਜੇਲ੍ਹਾਂ 'ਚ ਫੁੱਲ ਬਾਡੀ ਸਕੈਨਰ ਤੇ ਦੂਸਰੇ ਆਧੁਨਿਕ ਸਾਜੋ ਸਮਾਨ ਲਗਾਇਆ ਜਾ ਸਕੇ। ਇਸ ਤੋਂ ਇਲਾਵਾ ਜੇਲ੍ਹਾਂ 'ਚ ਮੋਬਾਈਲ ਫੋਨ ਦੇ ਇਸਤੇਮਾਲ ਨੂੰ ਰੋਕਣ ਲਈ 4G ਜੈਮਰ ਵੀ ਲਗਾਏ ਜਾਣ ਦੀ ਯੋਜਨਾ ਬਣਾਈ ਜਾ ਰਹੀ ਹੈ। ਇਸ ਮੌਕੇ ADGP ਜੇਲ੍ਹ ਰੋਹਿਤ ਚੌਧਰੀ ਨੇ ਕਿਹਾ ਕਿ ਜੇਲ੍ਹ ਸਟਾਫ ਦੀਆਂ ਪ੍ਰਮੋਸ਼ਨਾਂ ਨੂੰ ਕਾਫੀ ਸਮੇਂ ਤੋਂ ਰੋਕਿਆ ਜਾ ਰਿਹਾ ਸੀ, ਮਗਰ ਹੁਣ ਸਟਾਫ ਦੇ ਚੰਗੇ ਕੰਮ ਤੇ ਨਸ਼ੇ ਨੂੰ ਰੋਕਣ ਤੇ ਉਹਨਾਂ ਨੂੰ ਪ੍ਰਮੋਟ ਕੀਤਾ ਜਾਵੇਗਾ। ਜੋ ਹੈ ਪ੍ਰਮੋਟ ਕੀਤੇ ਹੈ ਹੈੱਡਕੁਆਰਟਰ, ਔਰ ਜੋ ਇਸ ਸਾਲ ਜਿਨ੍ਹਾਂ ਦਾ ਰਹਿੰਦਾ ਸੀ ਉਹਨਾਂ ਨੂੰ ਅਸੀਂ ਅਸਿਸਟੈਂਟ ਸੁਪਰਡੈਂਟ ਬਣਾਇਆ, ਕਿਉਂਕਿ ਪੁਲਿਸ ਮਹਿਕਮੇ ਜਿਹੜੇ ਜੇਲ੍ਹ ਮਹਿਕਮੇ ਦੇ ਵਿੱਚ ਕਾਫੀ ਸਟੈਗਨੇਸ਼ਨ ਸੀਗਾ। ਅਬ ਇਹ ਤੁਸੀਂ ਜੋ ਦੇਖ ਰਹੇ ਹੋ, ਅੱਜ ਇੱਕ 27 ਸਾਲ ਮੈਂ ਪਹਿਲੀ ਵਾਰ ਪ੍ਰਮੋਸ਼ਨ ਮਿਲਿਆ, ਔਰ ਰਿਟਾਇਰ ਵੀ ਆਉਣ ਦੇ ਵੇਲੇ ਵੀ ਮੇਰਾ ਪ੍ਰਮੋਟ ਹੋਏ, ਤਾਂ ਇੱਕ ਬੜੀ ਇੱਕ ਸਟੈਗਨੇਸ਼ਨ ਨੂੰ ਰਿਮੂਵ ਕਰਨ ਲਈ ਉਹ ਅਸੀਂ ਇਹ ਜੋ ਹੈ ਸਟੈਪ ਚੱਕਿਆ ਸੀ, ਔਰ ਉਸੀ ਤਹਿਤ ਅਸੀਂ ਅੱਜ ਇੱਥੇ ਵੀ ਪ੍ਰਮੋਟ ਕੀਤੇ ਹੈ। ਸਰ ਜੇਲ੍ਹਾਂ ਦੇ ਜਿਹੜਾ ਕੀਤਾ ਅੱਜ, ਉਹਦੇ 'ਚ ਕੀ ਖਾਮੀਆਂ ਪਾਈਆਂ? ਦੇਖੋ, ਜਦ ਮੈਂ ਆਊਂਗਾ ਖਾਮੀਆਂ ਤੋਂ ਘੱਟ ਹੀ ਮਿਲਣੀ ਹੈ, ਤੁਸੀਂ ਇਹ ਕਹਿਣਾ ਕਿ ਮੈਂ ਆ ਕੇ ਖਾਮੀ ਦੇਖਾਂਗਾ ਤਾਂ ਉਹ ਤਾਂ ਨਹੀਂ ਹੁੰਦਾ, ਪਰ ਇਹ ਜ਼ਰੂਰ ਹੈ ਕਿ ਹਾਂ ਉਸਨੂੰ ਚੁਸਤ ਕਰਨ ਲਈ ਜੋ ਹੈ ਪ੍ਰਸ਼ਾਸਨ ਨੂੰ ਅਸੀਂ ਰਾਊਂਡ ਲੈਂਦੇ ਰਹਿੰਦੇ ਹਾਂ। ਜੇਲ੍ਹ ਦੇ ਵਿੱਚ ਅਕਸਰ ਮਤਲਬ ਖਬਰਾਂ ਲੱਗਦੀਆਂ ਨੇ ਵੀ ਨਸ਼ੇ ਮੋਬਾਈਲ ਫੜੇ ਜਾਂਦੇ ਨੇ, ਉਹਦੇ ਪਿੱਛੇ ਕੀ ਮਤਲਬ ਉਹਦੀ ਕੋਈ ਨਵੀਂ ਸਟ੍ਰੈਟਜੀ ਲੈ ਕੇ ਆ ਰਹੇ ਹੋ? ਉਸਦਾ ਕਾਰਨ ਕੀ ਕਾਰਨ ਹੈ? ਸਟ੍ਰੈਟਜੀ ਅਸੀਂ ਇਹ ਲੈ ਕੇ ਆ ਰਹੇ ਹਾਂ ਕਿ ਪਿਛਲੇ ਇੱਕ ਮਹੀਨੇ ਦੇ ਵਿੱਚ ਚੈਕਿੰਗ ਦੇ ਦੌਰਾਨ ਹੀ ਕਾਫੀ ਸਾਰੇ ਜੋ ਹੈ ਜੋ ਜਾਣ ਚਾਹੁੰਦੇ ਅੰਦਰ ਜਾਣੇ ਸੀ ਨਾ, ਉਹ ਉੱਥੇ ਗੇਟ 'ਤੇ ਫੜੇ ਗਏ, ਔਰ ਤਕਰੀਬਨ 50-60 ਬੰਦਿਆਂ ਨੂੰ ਅਸੀਂ ਰਿਵਾਰਡ ਕੀਤਾ ਹੈ ਜਿਹੜੇ ਕਿ ਚੰਗਾ ਕੰਮ ਕਰਦੇ ਸੀਗੇ। ਹੁਣ ਮੈਂ ਇਹ ਵੀ ਕਿਹਾ ਹੈ ਕਿ ਜਿਹੜੇ 20 ਸਾਲ ਦੇ ਉੱਤੇ ਜਿਨ੍ਹਾਂ ਦੀ ਸਰਵਿਸ ਹੋ ਗਈ, ਔਰ ਅਗਰ 3 ਵੀ ਕੋਈ ਮੋਬਾਈਲ ਫੜ ਲੈਂਦੇ ਹੈ ਜਿਹੜੇ ਆਪਣੇ ਬਾਰਡਰ, ਉਹ ਪ੍ਰਮੋਟ ਕਰ ਦਿੱਤਾ ਜਾਏਗਾ ਉਸ। ਸਰ ਜੇਲ੍ਹ ਦੀ ਜਿਹੜੀ ਕਪੈਸਿਟੀ ਦੇ ਪਿੱਛੇ ਜੋ ਹੈ, ਈਵਨ ਡੋਗਸ, ਅਸੀਂ ਸਨੈਪਰ ਡੋਗਸ ਅਸੀਂ ਡਿਪਲੋਏ ਕੀਤੇ ਹੈ, ਔਰ ਡੋਗਸ ਨੇ ਬੜਾ ਵਧੀਆ ਕੰਮ ਕੀਤਾ, ਗੋਲੀਆਂ ਫੜੀਆਂ ਕਈ ਜਗ੍ਹਾਵਾਂ 'ਤੇ। ਸੋ ਇਹ ਗੇਟ 'ਤੇ ਜਦੋਂ ਚੈਕਿੰਗ ਹੋ ਰਹੀ ਹੈ ਔਰ ਜਾਂ ਮੁਲਾਕਾਤ 'ਤੇ ਜਦੋਂ ਆਉਂਦੇ ਨਾ, ਉੱਥੇ ਹੀ ਫੜੇ ਹੋ ਰਹੀ ਹੈ। ਸਰ ਜੇਲ੍ਹ ਦੀ ਕਪੈਸਿਟੀ ਜਿਹੜੀ ਹੈ, ਕੈਦੀ ਜ਼ਿਆਦਾ ਨੇ ਅਤੇ ਰਹਿਣ ਲਈ ਜਗ੍ਹਾ ਘੱਟ ਹੈ ਅਤੇ ਡੁੱਗਣੇ ਹੋਏ ਪਏ ਨੇ, ਉਸ 'ਤੇ ਦਿੱਕਤ ਨਹੀਂ ਆਉਂਦੀ ਉਹਦੇ ਲਈ ਕੋਈ ਚੀਜ਼ ਹੋ ਰਿਹਾ ਸਰਕਾਰ ਵੱਲੋਂ ਜਾਂ ਤੁਹਾਡੇ ਵੱਲੋਂ? ਇਸਮੇ ਐਸਾ ਇਤਨੀ ਨਹੀਂ ਹੈ, ਪੰਜਾਬ ਇਸ ਪੱਖੋਂ ਜੋ ਹੈ ਉਹ ਇੱਥੇ ਤਕਰੀਬਨ ਸਾਡੀ 22,000 ਦੀ ਕਪੈਸਿਟੀ ਹੈ, ਉਤਨੇ ਦੇ ਕਰੀਬ ਹੀ ਕੈਦੀ ਹਨ। ਨਹੀਂ, ਸੰਗਰੂਰ ਦੇ ਵਿੱਚ ਕਪੈਸਿਟੀ ਸੰਗਰੂਰ ਥੋੜ੍ਹਾ ਸਾ ਪ੍ਰੋਬਲਮ ਹੈ, ਕਿਉਂ ਕਈ ਜਿਹੜਾ ਤਾਂ ਕੀ ਹੁੰਦਾ ਨਾ ਜਿੱਥੇ ਜ਼ਿਆਦਾ ਰਹਿਣ ਵਾਲੇ ਹੈ ਉੱਥੇ ਪ੍ਰੋਬਲਮ ਹੈ, ਬਠਿੰਡਾ ਦੇ ਵਿੱਚ ਉਹ ਹੈ ਐਕਸੈਸ ਕਪੈਸਿਟੀ ਹੈ, ਕੁਛ ਅਸੀਂ ਉੱਥੋਂ ਸ਼ਿਫਟ ਕਰਾਂਗੇ, ਕੁਝ ਬਰਨਾਲਾ ਸ਼ਿਫਟ ਕਰਾਂਗੇ। ਚੌਧਰੀ ਸਾਹਿਬ, ਜੈਮਰ ਲੱਗੇ ਆ ਜੇਲ੍ਹ ਦੇ ਵਿੱਚ, ਜੈਮਰ ਹੋਣ ਦੇ ਸਟਰੋਂਗ ਜੈਮਰ ਹੋਣ ਦੇ ਬਾਵਜੂਦ ਵੀ ਰੋਜ਼ਾਨਾ ਜੇਲ੍ਹ ਦੇ ਵਿੱਚੋਂ ਫੋਨ ਫੜੇ ਜਾਂਦੇ ਆ, ਫੋਨ ਅੰਦਰ ਚੱਲਦੇ ਆ, ਕੀ ਕੋਈ ਇਹੋ ਜਿਹੀ ਵੀਡੀਓ ਵੀ ਵਾਇਰਲ ਹੁੰਦੀਆਂ ਨੇ ਵੀਡੀਓ ਕਾਲਿੰਗ? ਕਿਉਂਕਿ ਤੁਹਾਡੇ ਜਿਹੜੇ ਪਿਛਲੇ ਸੁਪਰਡੈਂਟ ਸੀਗੇ ਉਹਨਾਂ ਤੋਂ ਇਸੇ ਗੱਲ ਦੀ ਗਾਜਗਿਰੀ ਹੈ ਕਿ ਵੀਡੀਓ ਅੰਦਰੋਂ ਵਾਇਰਲ ਹੋਈ, ਤੇ ਕੋਈ ਇਹੋ ਜਿਹੀ ਸਟ੍ਰੈਟਜੀ ਲੈ ਕੇ ਆ ਰਹੇ ਕੋਈ ਸਕੈਨਰ ਲਗਾਏ ਜਾਣ ਜਿਵੇਂ ਏਅਰਪੋਰਟਸ ਵਗੈਰਾ ਤੇ ਜਾਂ ਹੋਰ ਜਗ੍ਹਾ ਤੇ ਕਿ ਬਾਹਰੋਂ ਹੀ ਉਸ ਚੀਜ਼ ਨੂੰ ਫੜ ਲਿਆ ਜਾਵੇ? ਉਸਮੇ ਇੱਕ ਤਾਂ ਦੇਖੋ ਐਸਾ ਹੈ ਕਿ ਅਸੀਂ ਹੁਣ ਪ੍ਰਪੋਜ਼ਲ ਭੇਜ ਰਹੇ ਹਾਂ, ਜਿਵੇਂ ਇਹ ਪੁਲਿਸ ਦਾ ਇੱਕ ਮਾਡਰਨਾਈਜੇਸ਼ਨ ਫੰਡ ਹੁੰਦਾ ਹੈ, ਉਸੇ ਪੱਧਰ 'ਤੇ ਜਿਹੜਾ ਹੈ ਜੇਲ੍ਹ ਮਾਡਰਨਾਈਜੇਸ਼ਨ ਫੰਡ ਵੀ ਦਿੱਤਾ ਜਾਏ ਸੈਂਟਰ ਵੱਲੋਂ, ਔਰ ਇਹ ਮੰਤਰੀ ਸਾਹਿਬ ਵੱਲੋਂ ਲੈਟਰ ਜਾ ਰਿਹਾ ਹੈ ਸੈਂਟਰ ਨੂੰ, ਸੋ ਉਹਦੇ ਵਿੱਚ ਫੁੱਲ ਬਾਡੀ ਸਕੈਨਰ ਵੀ ਅਸੀਂ ਡਿਮਾਂਡ ਕੀਤੀ ਹੈ। ਕਿੰਨੇ ਸਕੈਨਰ ਲਏ? 12 ਸੈਂਟਰ ਜੇਲ੍ਹਾਂ ਲਈ, ਪਰ ਬੜਾ ਮਹਿੰਗਾ ਆਉਂਦਾ, 1 ਕਰੋੜ ਦਾ ਆਉਂਦਾ ਹੈ ਉਹ, 12 ਜੇਲ੍ਹਾਂ ਲਈ ਮੰਗ ਕੀਤੀ ਹੈ ਜੀ। ਤੇ ਇਸ ਤੋਂ ਇਲਾਵਾ ਕੀ ਹੈ ਨਾ ਕਿ ਜੈਮਰ ਵੀ ਸਾਨੂੰ ਹੁਣ 4G ਜੈਮਰ ਚਾਹੀਦੇ ਜੀ ਜੀ ਜੀ, ਟੈਕਨੋਲੋਜੀ ਜੋ ਹੈ ਇੱਥੇ ਲੱਗੇ ਹੋਏ 3G ਜੈਮਰ, 2G 3G, ਸੋ ਉਹਦੀ ਵੀ ਟ੍ਰਾਇਲ ਚੱਲ ਰਹੇ ਹਨ, ਨੈਕਸਟ ਵੀਕ ਟ੍ਰਾਇਲ ਰੱਖਿਆ ਹੋਇਆ ਹੈ ਅਸੀਂ ਪਟਿਆਲਾ ਜੇਲ੍ਹ ਦੇ ਵਿੱਚ, ਔਰ ਉਹ ਛੇਤੀ ਹੀ 4G ਜੋ ਹੈ ਲਗਾਏ ਜਾਣਗੇ। ਜ਼ਿਲ੍ਹਿਆਂ ਦੇ ਵਿੱਚ ਜ਼ਿਆਦਾਤਰ ਗੈਂਗਸਟਰ ਨੇ ਜਾਂ ਕੁਛ ਹੋਰ, ਆਪਾਂ ਇਹ ਰਿਹੈਬ ਕਰਨ ਦਾ ਜੀ, ਅਤੇ ਇਹਦੇ ਲਈ ਕੋਈ ਇਨੋਵੇਟਿਵ ਤਰੀਕਾ ਉਹਨਾਂ ਨੂੰ ਕੁਛ ਉਸ 'ਚ ਸੁਧਾਰ? ਉਸਕੇ ਲਈ ਅੱਜ ਹੀ ਮੈਂ ਇਹ ਗੱਲ ਕੀਤੀ ਹੈ, ਆਲਰੇਡੀ ਇੰਸਟਰਕਸ਼ਨ ਪਾਸ ਕੀਤੇ ਹੈ, ਤੁਸੀਂ ਬੜਾ ਵਧੀਆ ਸਵਾਲ ਪੁੱਛਿਆ
ਕਿ ਉਹਦੇ ਲਈ ਅਸੀਂ ਉਹਦੇ ਵਿੱਚ ਵੀ ਕੈਟੇਗਰਾਈਜੇਸ਼ਨ ਕਰ ਰਹੇ ਨੇ। ਜਿਹੜੇ ਸੁਧਰਨਾ ਚਾਹੁੰਦੇ ਹੈ, ਲਿਖ ਕੇ ਅੰਡਰਟੇਕਿੰਗ ਦੇਣਾ ਚਾਹੁੰਦੇ ਹੈ ਕਿ ਅਸੀਂ ਕਿਸੇ ਹੋਰ, ਜਿਵੇਂ ਤੁਸੀਂ ਕਹਿੰਦੇ ਨਾ ਮੋਬਾਈਲ ਅਪਲੋਡ ਕਰਨ ਵਿੱਚ ਜੇਲ੍ਹ ਦੇ ਵਿੱਚ ਡਿਸਪਲਿਨ ਰੱਖਣਗੇ, ਉਹ ਉਹਨਾਂ ਨੂੰ ਅਸੀਂ ਸੈਪਰੇਟ ਹੁਣ ਬੈਰਕ ਦੇ ਵਿੱਚ ਰੱਖਾਂਗੇ। ਇੱਕ ਦੋ ਬੈਰਕ ਅਸੀਂ ਆਈਡੈਂਟੀਫਾਈ ਕਰ ਰਹੇ ਹਾਂ ਉਹ ਜੇਲ੍ਹਾਂ ਦੇ ਵਿੱਚ, ਜਿੱਥੇ ਉਹਨਾਂ ਨੂੰ ਪੜ੍ਹਨ ਦਾ ਮੌਕਾ ਦਿੱਤਾ ਜਾਏਗਾ, ਯੋਗਾ, ਮੈਡੀਟੇਸ਼ਨ ਔਰ ਇਸ ਤਰ੍ਹਾਂ ਦੀ ਜਿਹੜੀ ਐਕਟੀਵਿਟੀਜ਼ ਦੇ ਵਿੱਚ ਉਹਨਾਂ ਨੂੰ ਵੱਧ ਤੋਂ ਵੱਧ ਜੋ ਹੈ ਨਾ ਲਿਆਇਆ ਜਾਵੇਗਾ। ਕਿਉਂਕਿ ਕੁਛ ਬੰਦੇ ਜੋ ਹੈ ਉਹ ਨਾਲ ਉੱਦਾਂ ਹੀ ਅਟੈਚ ਹੋ ਗਏ ਸੀ, ਕੋਈ ਜਿਵੇਂ ਕੋਈ ਫੜਿਆ ਗਿਆ ਉਹਦੇ ਨਾਲ, ਕੋਈ ਕਾਰ ਵਿੱਚ ਬੈਠਾ ਸੀ, ਕੋਈ ਉਹਦੇ ਘਰੇ ਗਿਆ ਸੀਗਾ। ਤੋ ਇਸ ਤਰ੍ਹਾਂ ਦੇ ਬੰਦੇ ਜਿਹੜੇ ਹੁਣ ਜਾਂ ਜੇਲ੍ਹ ਦੇ ਵਿੱਚ ਆ ਕੇ ਉਹਨਾਂ ਨੂੰ ਮਹਿਸੂਸ ਹੁੰਦਾ ਹੈ ਕਿ ਅਸੀਂ ਜਿਹੜੀ ਨਾ ਉਹ ਰਾਹੀਂ ਰੱਖੀ, ਸੋ ਉਹ ਜੋ ਯਕੀਨੀ ਤੌਰ 'ਤੇ ਅਸੀਂ ਉਹਨਾਂ ਨੂੰ ਉਹ ਅਪੋਚਨ ਰੱਖਦੇ ਹਾਂ। ਜਿੱਥੇ ਉਹ ਅਸੀਂ ਇੰਕਰੀਜ਼ ਕਰ ਰਹੇ ਹਾਂ ਜਿਹੜਾ